ਅਸਲਾਮ ਅਲੈਕੁਮ ਜੀ ਸਾਰਿਆਂ ਕੋ ਬੜਾ ਸਲਾਮ ਉਮੀਦ ਹੈ ਸਾਰੇ ਠੀਕ ਹੋਸੋ ਖਰੀਅਤ ਨਾਲ ਹੋਸੋ ਅਤੇ ਅੱਜ ਦਾ ਜਿਹੜਾ ਵਲਾਗ ਹੈ ਉਹ ਇੱਕ ਕੈਰੀ ਵਾਲਾ ਇਸ ਦਾ ਭਰਾ ਹੈ ਫੈਜ਼ਾਨ ਬਈ ਇਸ ਕੋਲੋਂ ਰਿਵਿਊ ਕੈਂਸਾ ਪਟਿਆਲਾ ਵੀ ਇਤਨੀ ਕੈਰੀਅਨ ਅਤੇ ਆਇਆ ਕੈਰੀ ਵਾਲਿਆਂ ਦਾ ਕੰਮ ਹੈ ਡੈਡੀ ਵੀ ਕਿਤਨੀ ਮਜ਼ਦੂਰੀ ਕਰਦੇ ਨੇ ਇਹਨਾਂ ਨਾਲ ਅਸੀਂ ਪੂਰਾ ਇੱਕ ਘੰਟਾ ਲਾ ਸਕਦੇ ਫੇਰਾ ਲਾ ਸੀ ਲਾਰੀ ਅੜੇ ਤੱਕ ਕੈਸਾ ਹੈ ਕਿ ਕੈਰੀ ਵੀ ਕਿਤਨੇ ਪੈਸੇ ਕਮਾ ਕਰਦੇ ਠੀਕ ਹੈ ਫੈਜ਼ਾਨ ਬਈ ਹੁਣ ਤੱਕ ਟਿਪ ਸਾਰੀ ਨਹੀਂ ਮਿਲੀ ਗੱਡੀਆਂ ਜ਼ਿਆਦਾ ਅੰਦਾਜ਼ੇ ਨਾਲ ਕਿਤਨੀ ਮਜ਼ਦੂਰੀ ਹੋ ਜਾਂਦੀ ਹੈਗੀ ਫੇਰੇ ਵਿੱਚ ਅੱਜ ਮਾਸ਼ਾਅੱਲਾ ਟ੍ਰੈਫਿਕ ਵਾਲੇ ਵਾਸਤੇ ਮੁਹਾਫਜ਼ ਹਨ ਲੇਕਿਨ ਖਲਤੇ ਦੇ ਮੁਝੇ ਗਲਤ ਜਗ੍ਹਾ ਦੇਣ ਆਵਾਮ ਕੋ ਤਕਲੀਫ ਦੇਣ ਖਾਲੀ ਗੱਡੀਆਂ ਵਾਲਿਆਂ ਕੋ ਤੰਗ ਕਰਦੇ ਨੀ ਯਾਰ ਦੇਖੋ ਜੀ ਕਿੰਨੀ ਗੱਡੀਆਂ ਤੇ ਸਾਰੀਆਂ ਨਾ ਆਉਂਦੀਆਂ ਨੀ ਕੀ ਜੀ ਸਾਰੀਆਂ ਬਿਲਕੁਲ ਆਈ ਹੈ ਜੀ ਬਰਕਤ ਵਾਲੀ ਸਾਰੀ ਮਾਸ਼ਾਅੱਲਾ ਪਹਿਲੀ ਆ ਗਈ ਫੈਜ਼ਾਨ ਦੀ ਜੀ ਅਗਰ ਦੇਖਦੇ ਹੋਰ ਕਿੰਨੀ ਬੰਦੀ ਜੀ ਗੜੀ ਗੜੀ ਦੇਖੀ ਫਿਰ ਵੀ ਕਿਤਨਾ ਗੈਸ ਤੱਕ ਕਰਦਾ ਜੀ 50 ਵਾਰ ਕਿਤਨਾ ਦਾ ਹੋ ਜਾਂਦਾ 500 ਤੋਂ 50 ਵਾਰ ਟੋਟਲ ਕਿਤਨਾ ਹੁੰਦਾ ਵੀਹ ਵਜੇ ਦਾ ਦੇਖੋ ਜੀ ਲੋਕ ਜ਼ਿਆਦੀ ਕਰਦੇ ਨੇ ਬਣੇ ਤਰੀ ਜਾਂਦੇ ਤੇ ਵੀ ਇਹਨੇ ਕੀ ਜੀ ਬਸ ਸਾਰਾ ਕਰਨਾ ਪੈਂਦਾ ਲੋਕਾਂ ਨੇ ਕੀ ਕਰਨਾ ਸਾਸ ਹੀ ਨਹੀਂ ਸੀ ਚੁੱਪ ਹੋ ਇਹ ਮਾਸ਼ਾਅੱਲਾ ਮੁਝ ਅੱਛਾ ਡਰਾਈਵਰ ਹੈ ਜੀ ਜਿਸਾ ਤੋਂ ਸਿੱਧਰੀ ਬਣ ਸੁਣੋ ਤਾਂ ਵੀ ਕਹਿੰਦੇ ਸੀ ਨਾ ਲਾਉਂਦੇ ਜਲਦੀ ਕਰ ਜੀ ਅੜੇ ਵੀ ਪਹੁੰਚ ਆਏ ਤੇ ਤਕਰੀਬਨ ਉੱਥੋਂ ਕਹਿਣ ਕਿ ਸ਼ਿੰਗੈਰੀ ਦੇ ਸਾਡੇ ਤੱਕ ਤੁਸੀਂ ਕਿੰਨੇ ਦੇ ਫੇਰਾ ਮਾਰੇ ਤਕਰੀਬਨ ਹੋਏ ਹੋ ਜੀ ਸਾਰੀ ਨਹੀਂ ਤਕਰੀਬਨ 220-230 ਰੁਪਏ ਦਾ ਫੇਰਾ ਲੱਗਾ ਤੁਸੀਂ ਗੈਸ ਕਿੰਨੀ ਸੜ ਗਈ ਤਕਰੀਬਨ 500 ਰੁਪਏ ਗੈਸ ਆਣਾ ਜਿੰਨਾ ਦੀ ਲੱਗੀ ਹੈ 500-600 ਰੁਪਏ ਮਤਲਬ 250 ਰੁਪਏ ਦਾ ਖਰਚ ਹੋ ਗਿਆ ਤੇ 150 ਰੁਪਏ ਦਾ ਫੇਰੇ ਦਾ ਬਣ ਗਿਆ 100 ਰੁਪਏ ਤੁਸੀਂ ਖਸਾਰੇ ਵੀ ਗਏ ਦੇਖੋ ਜੀ ਕੈਰੀਆਂ ਲੈਂਦੇ ਲਾ ਦੇਣ ਇਹਨਾਂ ਨਾਲ ਥੋੜ੍ਹਾ ਜਿਹਾ ਕੰਪਰੋਮਾਈਜ਼ ਕਰਦੇ ਕਰੋ ਤਾਂ ਜੀ ਇਹਨਾਂ ਵਿਚਾਰਿਆਂ ਦਾ ਵੀ ਕੋਈ ਬਣੇ ਅਤੇ ਤੁਸਾਂ ਕੋਈ ਸਹੂਲਤ ਦੇਗਾ ਮਿਲਦੇ ਹਾਂ ਅਗਲੀ ਵਲੌਗ ਵਿੱਚ ਠੀਕ ਹੈ ਅੱਲਾ ਹਾਫਿਜ਼